ਸਸੇਕਾਲ ਜੀ ਅਕਸਰ ਪੰਜਾਬੀ ਲਿਟਰੇਚਰ ਆਪਸ਼ਨਲ ਨੂੰ ਚੁਣਦੇ ਆ ਬੱਚਿਆਂ ਦੇ ਮਨ ਦੇ ਵਿੱਚ ਇੱਕ ਡਾਊਟ ਆਉਂਦਾ ਹੈ ਔਰ ਅੱਜ دل ਕੀਤਾ ਕਿ ਕਿਉਂ ਨਾ ਉਸ ਡਾਊਟ ਦੇ ਸਬੰਧ ਵਿੱਚ ਸਾਰਿਆਂ ਦੇ ਨਾਲ ਗੱਲਬਾਤ ਕਰ ਲਈ ਜਾਵੇ ਅਕਸਰ ਬੱਚੇ ਤਾਂ ਕਹਿੰਦੇ ਆ ਕਿ ਜੀ ਪੰਜਾਬੀ ਛੱਡੀ ਨੂੰ ਬੜਾ ਟਾਈਮ ਹੋ ਗਿਆ ਕਿਵੇਂ ਅਸੀਂ ਉਹਨੂੰ ਲਿਖਾਂਗੇ ਇੱਕ ਹੋਰ ਡਾਊਟ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਮੇਰੇ ਧਿਆਨ ਦੇ ਵਿੱਚ ਆਇਆ ਕਿ ਬੱਚੇ ਅਕਸਰ ਇਹ ਵੀ ਪੁੱਛਦੇ ਆ ਕਿ ਜਿਵੇਂ ਹੋਰ ਸਬਜੈਕਟਸ ਨੇ ਸਾਡੇ ਆਪਸ਼ਨਲ ਸਬਜੈਕਟਸ ਕੇ ਉਹਨਾਂ ਨੂੰ ਅਸੀਂ ਜਨਰਲ ਸਟੱਡੀਜ਼ ਦੇ ਵਿੱਚ ਯੂਜ਼ ਕਰ ਸਕਦੇ ਆ ਤਾਂ ਪੰਜਾਬੀ ਲਿਟਰੇਚਰ ਨੂੰ ਕਿਵੇਂ ਯੂਜ਼ ਕਰਾਂਗੇ ਕਿ ਪੰਜਾਬੀ ਲਿਟਰੇਚਰ ਜਾਂ ਕੋਈ ਵੀ ਲਿਟਰੇਚਰ ਕਿਵੇਂ ਉਹ ਯੂਜ਼ ਹੋ ਸਕਦਾ ਹੈ ਜਨਰਲ ਸਟੱਡੀਜ਼ ਦੇ ਵਿੱਚ ਅਕਸਰ ਇਹ ਵੀ ਇੱਕ ਮਿਥ ਹੈ ਕਿ ਅਸੀਂ ਜਿਹੜੇ ਆਪਸ਼ਨ ਸਬਜੈਕਟਸ ਨੇ ਸਾਡੇ ਉਹਨਾਂ ਨੂੰ ਜੀਐਸ ਦੇ ਵਿੱਚ ਵਰਤ ਸਕਦੇ ਆ ਠੀਕ ਹੈ ਇਹ ਜਿੰਨੀ ਗੱਲ ਸੱਚ ਹੈ ਓਨੀ ਝੂਠ ਵੀ ਹੈ ਇਹਨੂੰ ਆਪਾਂ ਹੁਣੇ ਹੀ ਇਹਦੇ ਤੇ ਡਿਸਕਸ ਕਰਾਂਗੇ ਪੁਆਇੰਟ ਇਹ ਹੈ ਕਿ ਜੇ ਅਸੀਂ ਕੋਈ ਵੀ ਆਪਸ਼ਨਲ ਸਬਜੈਕਟ ਹੋਰ ਚੂਜ਼ ਕਰਦੇ ਹਾਂ ਜਿਵੇਂ ਜੀਓਗ੍ਰਾਫੀ ਹੈ ਪਬਲਿਕ ਐਡਮਿਨਿਸਟ੍ਰੇਸ਼ਨ ਹੈ ਕੋਈ ਵੀ ਸਬਜੈਕਟ ਕਿ ਉਸ ਨੂੰ ਜਨਰਲ ਸਟੱਡੀਜ਼ ਦੇ ਵਿੱਚ ਵਰਤ ਸਕਦੇ ਹਾਂ ਪਰ ਜਦੋਂ ਵੀ ਤੁਸੀਂ ਜਨਰਲ ਸਟੱਡੀਜ਼ ਦੇ ਵਿੱਚ ਉਹ ਸਬਜੈਕਟ ਨੂੰ ਵਰਤਦੇ ਹੋ ਤੁਹਾਨੂੰ ਧਿਆਨ ਰੱਖਣਾ ਪੈਂਦਾ ਹੈ ਕਿ ਜਿਹੜੇ ਉਸ ਸਬਜੈਕਟ ਦੇ ਕੀਵਰਡਸ ਨੇ ਜਰਗਨਸ ਨੇ ਉਹਦੀ ਟੈਕਨੀਕਲ ਟਰਮੀਨੋਲੋਜੀ ਹੈ ਉਹ ਜਨਰਲ ਸਟੱਡੀਜ਼ ਦੇ ਵਿੱਚ ਨਹੀਂ ਹੋਣੀ ਚਾਹੀਦੀ ਹੁੰਦੀ ਸੋ ਇਹ ਤੁਹਾਡੀ ਬੈਟਰਮੈਂਟ ਦੇ ਲਈ ਹੈ ਤੁਹਾਡੇ ਫਾਇਦੇ ਦੇ ਲਈ ਇਹ ਚੀਜ਼ ਦੱਸੀ ਜਾ ਰਹੀ ਹੈ ਕਿ ਉੱਥੇ ਅਸੀਂ ਬਹੁਤ ਕੌਨਸ਼ੀਅਸ ਹੋਣਾ ਹੁੰਦਾ ਇਸੇ ਤਰੀਕੇ ਨਾਲ ਜੇ ਤੁਸੀਂ ਸੋਸ਼ੀਓਲੋਜੀ ਰੱਖ ਰਹੇ ਹੋ ਤਾਂ ਤੁਸੀਂ ਉਸ ਸੋਸ਼ੀਓਲੋਜੀ ਨੂੰ ਆਪਣੀ ਨੂੰ ਏਸੇ ਦੇ ਵਿੱਚ ਕੋਈ ਵੀ ਸੋਸ਼ਲ ਟਾਪਿਕ ਚ ਚੁਣਦੇ ਹੋ ਤਾਂ ਉੱਥੇ ਆਪਣੀ ਉਸ ਸੋਸ਼ੀਓਲੋਜੀ ਨੂੰ ਇਨਕੋਰਪੋਰੇਟ ਨਹੀਂ ਕਰ ਸਕਦੇ ਹੁੰਦੇ ਉਹਦੇ ਨਾਲ ਕੀ ਹੈ ਤੁਹਾਡਾ ਜਿਹੜਾ ਉਹ ਪੇਪਰ ਹੈ ਉਹ ਇੱਕ ਸਬਜੈਕਟ ਦਾ ਪੇਪਰ ਬਣ ਜਾਂਦਾ ਨਾ ਕਿ ਉਹ ਜਨਰਲ ਸਟੱਡੀਜ਼ ਜਾਂ ਜਨਰਲ ਇੱਕ ਏਸੇ ਦਾ ਪੇਪਰ ਰਹਿੰਦਾ ਹੈ ਠੀਕ ਹੈ ਜੀ ਸੋ ਇਸ ਚੀਜ਼ ਦਾ ਬਹੁਤ ਖਿਆਲ ਰੱਖਣਾ ਹੁੰਦਾ ਦੂਸਰਾ ਪੁਆਇੰਟ ਕਿ ਕੀ ਲਿਟਰੇਚਰ ਨੂੰ ਕਿਸੇ ਨੂੰ ਵੀ ਵਰਤ ਸਕਦੇ ਆ ਜੇ ਇੱਥੇ ਅਸੀਂ ਪੰਜਾਬੀ ਲਿਟਰੇਚਰ ਦੀ ਉਦਾਹਰਨ ਲਈਏ ਤਾਂ ਮੈਂ ਕਹਾਂਗਾ ਡੈਫੀਨੇਟਲੀ ਤੁਸੀਂ ਇਹਦੀ ਹੈਲਪ ਲੈ ਸਕਦੇ ਹੋ ਜਿਵੇਂ ਬਾਕੀ ਸਬਜੈਕਟਸ ਦੀ ਹੈਲਪ ਲੈ ਸਕਦੇ ਹੋ ਜੀਐਸ ਦੇ ਵਿੱਚ ਓਵੇਂ ਹੀ ਇਹਦੀ ਹੈਲਪ ਲੈ ਸਕਦੇ ਹੋ ਕਿਵੇਂ ਸਿੰਪਲ ਜੀ ਚੀਜ਼ ਹੈ ਤੁਹਾਡੇ ਕੋਲੇ ਜਨਰਲ ਸਟੱਡੀ ਦੇ ਵਿੱਚ ਪੇਪਰ 4 ਹੈ ਐਥਿਕਸ ਦਾ ਔਰ ਜੀਐਸਸੀ ਪੰਜਾਬੀ ਲਿਟਰੇਚਰ ਦਾ ਸਿਲੇਬਸ ਵੇਖਦੇ ਆ ਜਿਹਦੇ ਵਿੱਚ ਸ਼ੇਕਸਪੀਅਰ ਜੀ ਦੀ ਬਾਣੀ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਉਹ ਬਾਣੀ ਹੈ ਕੀ ਹੈ ਉਹ ਐਥਿਕਸ ਹੀ ਤਾਂ ਹੈ ਸਾਡੇ ਕੋਲੇ ਉਹ ਸਾਨੂੰ ਐਥੀਕਲ ਹੋਣਾ ਹੀ ਤਾਂ ਸਿਖਾਉਂਦੇ ਆ ਠੀਕ ਹੈ ਤਾਂ ਉਹਨਾਂ ਦੀਆਂ ਜਿਹੜੀਆਂ ਸ਼ਲੋਕ ਨੇ ਜਿਹੜੀ ਉਹਨਾਂ ਦੀ ਪੌੜੀਆਂ ਨੇ ਪੰਕਤੀਆਂ ਨੇ ਗੁਰਬਾਣੀ ਦੀਆਂ ਉਹਨਾਂ ਨੂੰ ਤੁਸੀਂ ਉੱਥੇ ਵਰਤ ਸਕਦੇ ਹੋ ਜਦੋਂ ਤੁਸੀਂ ਉੱਥੇ ਲਿਖੋਗੇ ਤੁਹਾਡਾ ਪੇਪਰ ਭਾਵੇਂ ਇੰਡੀਆ ਦੇ ਕਿਸੇ ਵੀ ਕੋਨੇ 'ਚ ਕਿਸੇ ਵੀ ਟੀ ਐਗਜ਼ਾਮੀਨਰ ਕੋਲੇ ਜਾ ਰਿਹਾ ਹੈ ਤਾਂ ਹਰ ਇੱਕ ਬੰਦਾ ਸ਼ੇਖ ਫਰੀਦ ਜੀ ਦੀ ਬਾਣੀ ਤੋਂ ਤਾਂ ਵਾਕਿਫ ਹੈ ਗੁਰੂ ਨਾਨਕ ਸਾਹਿਬ ਤੋਂ ਵਾਕਿਫ ਹੈ ਤਾਂ ਤੁਸੀਂ ਉਹਨੂੰ ਗੁਰਮੁਖੀ ਦੇ ਵਿੱਚ ਲਿਖ ਕੇ ਉਸ ਤੋਂ ਬਾਅਦ ਉਹਦਾ ਜਿਹੜਾ ਅੰਗਰੇਜ਼ੀ ਦੇ ਵਿੱਚ ਉਹਦੇ ਟਰਾਂਸਲੇਸ਼ਨ ਜਿਹੜੀ ਉਹ ਦੇ ਸਕਦੇ ਹੋ ਤੁਹਾਡਾ ਪੇਪਰ ਆਪਣੇ ਆਪ ਹੀ ਬਾਕੀ ਐਕਸਪੀਰੀਐਂਸ ਤੋਂ ਬਾਕੀ ਕੈਂਡੀਡੇਟਸ ਤੋਂ ਵੱਖਰਾ ਹੋ ਜਾਏਗਾ ਇਸੇ ਤਰੀਕੇ ਨਾਲ ਐਸਏ ਦੇ ਵਿੱਚ ਤੁਸੀਂ ਜਿੱਥੇ ਵੀ ਸੋਸ਼ਲ ਅਸਪੈਕਟ ਦੇਣਾ ਜਿੱਥੇ ਵੀ ਕੋਈ ਸਪਿਰਚੁਅਲ ਅਸਪੈਕਟ ਦੇਣਾ ਜਿੱਥੇ ਵੀ ਕੋਈ ਐਥੀਕਲ ਅਸਪੈਕਟ ਦੇਣਾ ਉੱਥੇ ਤੁਸੀਂ ਇਹ ਦੇ ਵਿੱਚੋਂ ਜਿਹੜਾ ਹੈਗਾ ਆਪਣਾ ਪੰਜਾਬੀ ਲਿਟਰੇਚਰ ਦੇ ਵਿੱਚੋਂ ਚੀਜ਼ਾਂ ਨੂੰ ਵਰਤ ਸਕਦੇ ਹੈਗੇ ਹੋ ਅਗਲਾ ਪੁਆਇੰਟ ਜਿਹੜਾ ਹੈਗਾ ਇੰਟਰਵਿਊ ਅਸੀਂ ਜਦੋਂ ਹੀ ਪੰਜਾਬੀ ਲਿਟਰੇਚਰ ਦੀਆਂ ਕਲਾਸ ਸ਼ੁਰੂ ਕਰਦੇ ਆ ਪਹਿਲੇ ਦਿਨ ਤੋਂ ਹੀ ਬੱਚਿਆਂ ਨੂੰ ਪੰਜਾਬੀ ਲਿਟਰੇਚਰ ਦੇ ਵਿੱਚੋਂ ਕਿੱਦਾਂ ਦੇ ਇੰਟਰਵਿਊ ਦੇ ਕੁਐਸਚਨ ਚ ਪੁੱਛੇ ਜਾ ਸਕਦੇ ਆ ਉਹਦੀ ਅਸੀਂ ਲਿਸਟ ਬਣਵਾਉਣੀ ਸ਼ੁਰੂ ਕਰ ਦਿੰਨੇ ਆ ਬੱਚਿਆਂ ਨੂੰ ਸੋ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਪੰਜਾਬੀ ਲਿਟਰੇਚਰ ਤੁਹਾਨੂੰ ਮੇਨ ਦੇ ਵਿੱਚ ਐਥਿਕਸ ਐਂਡ ਐਸੇ ਐਂਡ ਪਲੱਸ ਇੰਟਰਵਿਊ ਦੇ ਵਿੱਚ ਵੀ ਹੈਲਪਫੁਲ ਹੁੰਦਾ ਸੋ ਜਦੋਂ ਵੀ ਅਸੀਂ ਕੋਈ ਸਬਜੈਕਟ ਚੁਣਦੇ ਆ ਬਜਾਏ ਕਿ ਜੋ ਆਲੇ ਦੁਆਲੇ ਸਾਡੇ ਮਿਥਸ ਪ੍ਰਚਲਿਤ ਨੇ ਚੱਲ ਰਹੇ ਨੇ ਉਹਦੇ ਬਜਾਏ ਜ਼ਰੂਰੀ ਹੁੰਦਾ ਅਸੀਂ ਉਹ ਸੱਚ ਨੂੰ ਸਮਝੀਏ ਉਹਨੂੰ ਜਾਣੀਏ ਤੇ ਫਿਰ ਆਪਣਾ ਆਪਸ਼ਨਲ ਸਬਜੈਕਟ ਹੈ ਜਿਹੜਾ ਉਹਨੂੰ ਚੂਜ਼ ਕਰੀਏ ਸੋ थैंक यू वेरी मच ऑल द वेरी बेस्ट